ਚਮਚੇ ਦਾ ਪੁੱਠਾ ਪਾਸਾ ਜਿਹਾ ਜਾਂ ਕੋਈ ਸੂਆ ਜਿਹਾ ਪਾ ਕੇ ਖੋਲ੍ਹਣੀ ਪਊ। ਤਿੰਨ ਦਿਨ ਪੁਰਾਣੀ ਗੰਢ ਐਂ ਇੰਨੀ ਔਖੀ ਖੋਲ੍ਹਣੀ ਪੈਂਦੀ ਆ, ਮੈਨੂੰ 75 ਸਾਲ ਪੁਰਾਣੀਆਂ ਗੰਢਾਂ ਫੜਾਤੀਆਂ, ਕਹਿੰਦੇ ਖੋਲ੍ਹ ਹੁਣ। ਖੋਲ੍ਹੀ ਜਾਂਦਾ ਮੈਂ, ਪਰ ਤੁਹਾਡਾ ਪਿਆਰ ਚਾਹੀਦਾ, ਤੁਹਾਡਾ ਆਸ਼ੀਰਵਾਦ ਚਾਹੀਦਾ, ਉਹਦੇ ਬਿਨਾਂ ਨਹੀਂ ਹੋ ਸਕਦਾ। ਸਭ ਤੋਂ ਪਹਿਲਾਂ ਆਉਣ ਸਾਰ ਪਹਿਲੀ ਗੰਢ ਖੋਲ੍ਹੀ, 7-7 ਪੈਨਸ਼ਨਾਂ ਲੈਂਦੇ ਸੀ ਐਮ ਐਲ ਏ, ਜਿੰਨੀ ਵਾਰੀ ਐਮ ਐਲ ਏ ਬਣ ਗਏ ਭਾਵੇਂ 10 ਦਿਨ ਐਮ ਐਲ ਏ ਰਹੇ, ਪੈਨਸ਼ਨ ਪੂਰੀ 60,000। ਮੈਂ ਕਿਹਾ ਵੀ ਪਹਿਲਾਂ ਤਾਂ ਇਹਨਾਂ ਦੀਆਂ ਬੰਦ ਕਰੀਏ। ਵਿਧਾਨ ਸਭਾ 'ਚ ਪਹਿਲੇ ਹੀ ਲਿਆਂਦਾ ਵੀ ਇੱਕ ਲੈਣੀ ਆ ਲਓ, ਨਹੀਂ ਮੈਂ ਉਹ ਵੀ ਕੱਟੂ। ਉਹ ਕਹਿੰਦੇ ਚੱਲ ਇੱਕ ਤਾਂ ਰਹਿਣ ਦੇ। ਮੈਂ ਕਿਹਾ ਚੱਲ ਇੱਕ, ਚੱਲ ਠੀਕ ਹੈ। ਅੱਛਾ, ਫਾਸੇ ਇਸ ਗੱਲੋਂ ਗਏ ਜਿਹੜਾ ਇਹਦਾ ਵਿਰੋਧ ਕਰਦਾ ਉਹਦਾ ਤੁਸੀਂ ਵਿਰੋਧ ਕਰੋਗੇ। ਅੱਛਾ ਤੂੰ ਪੈਨਸ਼ਨ, ਅੱਛਾ ਤੂੰ ਭਾਲਦਾ ਪੈਨਸ਼ਨਾਂ ਫਿਰ ਹੈਂ। ਮੈਂ ਕਿਹਾ ਲੋਕਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਲੋਕ ਤਰਸੀ ਜਾਂਦੇ, ਤੁਸੀਂ 7-7 ਪੈਨਸ਼ਨਾਂ। 4-5 ਐਮ ਐਲ ਏ ਇਹੋ ਜਿਹੇ ਸੀ ਜਿਨ੍ਹਾਂ ਨੂੰ ਹਾਰਨ 'ਚ ਫਾਇਦਾ ਸੀ, ਜੇ ਜਿੱਤਦੇ ਨੇ ਤਾਂ ਤਨਖਾਹ 80-85 ਹਜ਼ਾਰ ਹੈ, ਜੇ ਹਾਰਦੇ ਨੇ ਪੈਨਸ਼ਨ 3.5 ਲੱਖ ਹੈ। 3.5 ਲੱਖ ਪੈਨਸ਼ਨ ਹਾਰੇ ਦੀ, ਕਿਉਂਕਿ ਜਿੰਨੀ ਵਾਰੀ ਤੁਸੀਂ ਜਿੱਤੇ ਹੋ ਉੱਨੀ ਵਾਰ ਦੀ ਤਨਖਾਹ ਐਂ ਐਡ ਹੋਈ ਜਾਊਗੀ, ਵਿੱਚ ਪਈ ਜਾਊਗੀ। ਕਮਾਲ ਹੈ ਯਾਰ, ਮੁਲਾਜ਼ਮ ਨੌਕਰੀਆਂ ਕਰਦੇ ਆ, 58 ਸਾਲ 'ਤੇ ਰਿਟਾਇਰ ਹੁੰਦੇ ਆ, ਉਹਨਾਂ ਦੀ ਇੱਕ ਪੈਨਸ਼ਨ ਮਿਲਦੀ ਹੈ, ਉਹਦੇ 'ਚ ਵੀ ਤੁਸੀਂ ਨਿਊ ਪੈਨਸ਼ਨ ਸਕੀਮ ਲੈ ਆਏ, ਉਹਦੇ 'ਚੋਂ ਵੀ ਕੱਟਣ ਲੱਗ ਗਏ। ਪਹਿਲੇ ਤਾਂ ਇਹ ਗੰਢ ਖੋਲ੍ਹੀ। ਬਹੁਤ ਸਾਰੀਆਂ ਇਹੋ ਜਿਹੀਆਂ ਗਰੰਟੀਆਂ ਅਰਵਿੰਦ ਕੇਜਰੀਵਾਲ ਜੀ ਨਾਲ, ਮੈਂ ਤੁਹਾਡੇ ਪਿੰਡਾਂ 'ਚ ਆਉਂਦਾ ਰਿਹਾ, ਇੱਥੋਂ ਰੋਡ ਸ਼ੋਅ ਜਾਂਦੇ ਰਹੇ ਨੇ, ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ, ਉਹ ਤਾਂ ਪੂਰੀਆਂ ਕਰਨੀਆਂ, ਕਈ ਦਿੱਤੀਆਂ ਵੀ ਨਹੀਂ ਗਰੰਟੀਆਂ, ਉਹ ਵੀ ਪੂਰੀਆਂ ਕਰ ਰਹੇ ਹਾਂ। ਪਹਿਲਾਂ ਤਾਂ ਅਸੀਂ ਬਿਜਲੀ ਵਾਲੀ ਗਰੰਟੀ ਦਿੱਤੀ ਸੀ ਕਿ ਬਿਜਲੀ ਬਿੱਲ ਨਹੀਂ ਆਇਆ ਕਰੂ, ਆਹੀ ਆ ਜਿਹੜੇ ਵਿਰੋਧੀ ਪਾਰਟੀਆਂ ਵਾਲੇ, ਐਂ ਕਿਵੇਂ ਹੋ ਜੂ ਜੀ। ਅਸੀਂ ਕਿਹਾ ਹਾਂਜੀ ਹੋ ਜੂਗਾ, ਜੁਲਾਈ 'ਚ ਕੀਤੀ ਜੀ, ਮਾਰਚ ਸਰਕਾਰ ਬਣੀ, 1 ਜੁਲਾਈ ਤੋਂ ਬਿੱਲ ਮਾਫ਼, 2022 ਤੋਂ ਅੱਜ ਤੱਕ 90% ਘਰਾਂ ਨੂੰ 0 ਬਿੱਲ ਆਉਂਦਾ। ਹੁਣ ਜਿਹੜਾ 5 AC ਚਲਾਈ ਜਾਵੇ ਜਾਂ ਗੀਜ਼ਰ ਲਾਈ ਜਾਵੇ ਉਹਦਾ ਤਾਂ ਮੈਂ ਕੁਛ ਕਰ ਨਹੀਂ ਸਕਦਾ, ਪਰ 600 ਯੂਨਿਟ ਮਾਫ਼ ਹੈ ਜੀ, 2 ਮਹੀਨਿਆਂ ਦਾ ਸਾਈਕਲ ਹੈ ਜੀ। ਹੋ ਗਿਆ ਨਾ ਕੰਮ, ਔਰ ਕੰਮ ਉਦੋਂ ਕੀਤਾ ਜਦੋਂ ਕਰ ਸਕਦਾ, ਵੀ ਹੁਣ ਬੰਦ ਨਹੀਂ ਹੋਣੀ ਸਕੀਮ, ਇਹ ਚੱਲੂਗੀ। ਫਿਰ ਗਰੰਟੀ ਦਿੱਤੀ ਰੋਜ਼ਗਾਰ ਦੀ, 45,000 ਤੋਂ ਵੱਧ ਨੌਕਰੀਆਂ ਦੇ ਕੇ, ਤੁਹਾਡਾ ਪੁੱਤ, ਤੁਹਾਡਾ ਭਤੀਜਾ, ਤੁਹਾਡਾ ਵੱਡਾ ਛੋਟਾ ਭਾਈ, ਜਿਉਂ ਮੰਨੋ ਮੈਨੂੰ, ਮੈਂ ਆ ਖੜਾਂ ਤੁਹਾਡੇ ਸਾਹਮਣੇ। ਸਰਕਾਰ ਤੁਹਾਡੇ ਪਿੰਡਾਂ 'ਚ ਵੀ ਮਿਲੀਆਂ ਹੋਣੀਆਂ ਬਹੁਤ ਸਾਰੇ, ਤੁਹਾਡੇ ਕੋਈ ਰਿਸ਼ਤੇਦਾਰ ਨੂੰ ਜਾਂ ਕੋਈ, ਕੋਈ ਪੈਸਾ ਨਹੀਂ, ਕੋਈ ਸਿਫਾਰਿਸ਼ ਨਹੀਂ, ਇੱਕ ਘਰ 'ਚ ਦੋ ਨੌਕਰੀਆਂ ਵੀ ਮਿਲੀਆਂ, ਵੀ ਦੋ ਭੈਣ ਭਾਈ ਨੇ, ਦੋਨਾਂ ਨੇ ਪੇਪਰ ਦੇਤੇ, ਦੋਨਾਂ ਦੇ ਵਧੀਆ ਨੰਬਰ ਆ ਗਏ, ਆ ਜਾਓ। ਇਦੋਂ ਪਹਿਲਾਂ ਪੈਸੇ ਬਿਨਾਂ ਨੌਕਰੀ ਮਿਲਦੀ ਸੀ? ਫਿਰ ਇੱਕ ਇਹੋ ਜਿਹੀ ਗਰੰਟੀ ਹੈ ਜਿਹੜੀ ਦਿੱਤੀ ਵੀ ਨਹੀਂ ਸੀ, ਉਹ ਪੂਰੀ ਕਰਤੀ, ਪਰ ਉਹ ਸਿਆਪਾ ਕਿਹਨੇ ਪਾਇਆ ਸੀ? ਆ ਬਾਜਵੇ ਨੇ, PWD ਮਿਨਿਸਟਰ ਹੁੰਦਾ ਸੀ ਉਦੋਂ। ਤੁਸੀਂ ਦੇਖ ਲਓ ਆਮ ਤੌਰ 'ਤੇ ਕੀ ਹੁੰਦਾ ਜਦੋਂ ਮੰਤਰੀ ਬਣਦਾ ਨਾ ਕਿਸੇ ਇਲਾਕੇ ਦਾ ਬੰਦਾ, ਅਗਲਾ ਕਹਿੰਦਾ ਚਲੋ ਸਾਡੇ ਇਲਾਕੇ ਨੂੰ ਠੰਡੀਆਂ ਹਵਾਵਾਂ ਆਉਣਗੀਆਂ, ਸਾਡੇ ਇਲਾਕੇ 'ਚ ਹੁਣ ਗਰੰਟਾਂ ਆਉਣਗੀਆਂ। ਉਹਨੇ ਮਾਂ ਦੇ ਪੁੱਤ ਨੇ ਸੜਕਾਂ ਦਾ ਮੰਤਰੀ ਬਣਨ ਸਰ, ਸਭ ਤੋਂ ਪਹਿਲਾਂ ਸਭ ਤੋਂ ਵੱਧ ਟੋਲ ਪਲਾਜ਼ੇ ਚੰਡੀਗੜ੍ਹ ਤੋਂ ਗੁਰਦਾਸਪੁਰ ਵੱਲ ਨੂੰ ਲਾਏ, ਸਭ ਤੋਂ ਪਹਿਲਾਂ ਸਾਰੇ ਟੋਲ ਪਲਾਜ਼ੇ ਬੰਦ ਕਰਾਏ ਜੀ। ਅੱਜ 16 ਟੋਲ ਪਲਾਜ਼ੇ ਬੰਦ ਕਰਾ ਕੇ ਇੱਕ ਦਿਨ 'ਚ ਪੰਜਾਬੀਆਂ ਦਾ 62 ਲੱਖ ਰੁਪਈਆ ਬਚ ਰਿਹਾ ਜੀ,
62 ਲੱਖ ਰੁਪਈਆ ਟੋਲ ਪਲਾਜ਼ੇ ਕਿਹਨੇ ਲਾਏ ਸੀ? ਬਾਜਪੇਈ ਹੋਰਾਂ ਨੇ। ਵਧਾਏ ਕਿਹਨੇ? ਬਾਦਲ ਹੋਰਾਂ ਨੇ। ਫਿਰ ਦੁਬਾਰਾ ਉਹਨਾਂ ਨੂੰ ਕਿਹਨਾਂ ਨੇ ਵਧਾਇਆ? ਕੈਪਟਨ ਹੋਰਾਂ ਨੇ। ਫਿਰ ਆ ਗਏ ਇਹ ਤਾਂ ਵਧੀ ਜਾਣੇ ਸੀ। ਆਪਾਂ ਕੋਈ ਕਿਸੇ ਟੋਲ ਪਲਾਜ਼ੇ 'ਤੇ ਖੜ ਕੇ ਪੁੱਛਦੇ ਹਾਂ, ਬਾਈ ਜੀ ਕਿੰਨਾ ਕੁ ਚਿਰ ਚੱਲੂ ਇਹ? ਉਹ ਲੋਕਾਂ ਦਾ ਭਾਈ 60 ਸੀ ਪਹਿਲਾਂ ਤਾਂ ਯਾਰ, ਹੁਣ 80 ਕਰਤੇ, ਚਲ 80 ਲੈ ਲਾ ਭਰਾਵਾ। ਅਸੀਂ ਕਿਹਾ ਕਿਉਂ? ਜੋ ਤੁਹਾਡੇ ਭਾਈ ਐਗਰੀਮੈਂਟ ਪੂਰੇ ਹੋ ਗਏ, ਚਲੋ ਜਾਓ, ਸੜਕਾਂ ਅਸੀਂ ਆਪ ਹੀ ਬਣਾ ਲਾਂਗੇ।